ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਅੱਜ ਆਪਾਂ ਗੱਲ ਕਰਾਂਗੇ ਪੁਰਤਗਾਲ ਦੇ ਹਾਲਾਤਾਂ ਬਾਰੇ ਕਿਉਂਕਿ ਹੁਣ ਸਾਡੀ ਜੋ ਭੈਣ ਭਰਾ ਆ ਉਹ ਜ਼ਿਆਦਾਤਰ ਪੁਰਤਗਾਲ ਦੇ ਵਿੱਚ ਜਾ ਕੇ ਆਪਣੇ ਪੇਪਰ ਲਾਉਣਾ ਚਾਹੁੰਦੇ ਆ ਸੈਟਲ ਹੋਣਾ ਚਾਹੁੰਦੇ ਆ ਯੂਰਪ ਦੇ ਵਿੱਚ ਅਤੇ ਉਹ ਜ਼ਿਆਦਾਤਰ ਸਾਡੇ ਦੋਸਤ ਪੁਰਤਗਾਲ ਵੱਲ ਨੂੰ ਦੌੜਦੇ ਆ ਉਹ ਕਿਸੇ ਵੀ ਕੰਟਰੀ ਤੋਂ ਹੋਵੇ ਜਾਂ ਜਿੱਥੋਂ ਪੁਰਤਗਾਲ ਨੂੰ ਮੂਵ ਹੋ ਸਕਦਾ ਜਾਂ ਇੰਡੀਆ ਤੋਂ ਤਾਂ ਸਾਡੇ ਜਿੰਨੇ ਵੀ ਦੋਸਤ ਪੁਰਤਗਾਲ ਨੂੰ ਜਾਂਦੇ ਆ ਅੱਜ ਆਪਾਂ ਪੁਰਤਗਾਲ ਦੇ ਹਾਲਾਤਾਂ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਕਿ ਉੱਥੇ ਕੰਮ ਦੇ ਹਾਲਾਤ ਕਿਹੋ ਜਿਹੇ ਜਾਂ ਰਹਿਣ ਸਹਿਣ ਦੇ ਹਾਲਾਤ ਕਿਹੋ ਜਿਹੇ ਆ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਦੇਖਿਓ ਬਾਕੀ ਦੋਸਤੋ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਜਾਣਕਾਰੀ ਤੁਹਾਨੂੰ ਵਧੀਆ ਲੱਗੂਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਦੋਸਤੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਪੁਰਤਗਾਲ ਦੇ ਹਾਲਾਤਾਂ ਦੀ ਕਿਉਂਕਿ ਸਾਡੇ ਜੋ ਦੋਸਤ ਆ ਇੰਡੀਆ ਤੋਂ ਲੱਖਾਂ ਰੁਪਈਆ ਲਾ ਕੇ ਪੁਰਤਗਾਲ ਨੂੰ ਜਾਂਦੇ ਆ ਕੋਈ ਵਾਇਆ ਡੋਂਕੀ ਹੋ ਕੇ ਜਾਂਦਾ ਜਾਂ ਕੋਈ ਟੂਰਿਸਟ ਵੀਜ਼ਾ ਲੈ ਕੇ ਜਾਂਦਾ ਜਾਂ ਫਿਰ ਸਾਡੇ ਇੱਥੇ ਸਾਈਪ੍ਰਸ ਤੋਂ ਵੀ ਬਹੁਤ ਸਾਰੇ ਦੋਸਤ ਡੋਂਕੀ ਲਾ ਕੇ ਵੀ ਗਏ ਆ ਜਾਂ ਡਾਇਰੈਕਟ ਪੋਲੈਂਡ ਦਾ ਵੀਜ਼ਾ ਲੈ ਕੇ ਵੀ ਗਏ ਆ ਉਹ ਕੁੜੀਆਂ ਵੀ ਇੱਥੋਂ ਗਈਆਂ ਆ ਪੋਲੈਂਡ ਦਾ ਵੀਜ਼ਾ ਲੈ ਕੇ ਤਾਂ ਜੋ ਉੱਥੇ ਦੇ ਹਾਲਾਤ ਆ ਉਹਨਾਂ ਨਾਲ ਜੋ ਮੇਰੀ ਗੱਲਬਾਤ ਹੁੰਦੀ ਰਹਿੰਦੀ ਆਪਾਂ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਦੋਸਤੋ ਉੱਥੇ ਦੇ ਜੋ ਹਾਲਾਤ ਆ ਹੁਣ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਮਾੜੇ ਹਾਲਾਤ ਹੋ ਗਏ ਆ ਕਿਉਂਕਿ ਜੇ ਤੁਸੀਂ ਇੱਕ ਵਾਰੀ ਪੁਰਤਗਾਲ ਐਂਟਰ ਹੋਣਾ ਹੀ ਨਹੀਂ ਇਹ ਪੇਪਰ ਬਣ ਜਾਂਦੇ ਵੀ ਜੇ ਤੁਸੀਂ ਐਂਟਰ ਹੋ ਗਏ ਆ ਜੀ ਤੁਹਾਡੇ ਪੇਪਰ ਬਣ ਜਾਣਗੇ ਤੁਹਾਨੂੰ ਘੱਟੋ ਘੱਟ ਵੀ ਉੱਥੇ 2-3 ਸਾਲ ਜਾਂ 4 ਸਾਲ ਜਾਂ 5 ਸਾਲ ਗੌਰਮੈਂਟ ਨੂੰ ਟੈਕਸ ਪੇ ਕਰਨਾ ਪੈਣਾ ਹੈ ਉੱਥੇ ਕੰਮ ਕਰਨਾ ਪੈਣਾ ਹੈ ਉਸ ਤੋਂ ਬਾਅਦ ਜਾ ਕੇ ਤੁਹਾਡੇ ਜਿਹੜੇ ਉੱਥੇ ਪੇਪਰ ਬਣਨੇ ਆ ਇਹ ਨਹੀਂ ਕਿ ਆਪਾਂ ਪੈਸੇ ਲਾਏ ਇੱਥੋਂ 10-12 ਲੱਖ ਏਜੰਟ ਨੂੰ ਦਿੱਤਾ ਜਾਂ ਕਿਸੇ ਹੋਰ ਕੰਟਰੀ ਤੋਂ ਪੁਰਤਗਾਲ ਪਹੁੰਚ ਗਏ ਜੇ ਪੁਰਤਗਾਲ ਆਪਾਂ ਪਹੁੰਚ ਗਏ ਤਾਂ ਉੱਥੇ ਜਾ ਕੇ ਆਪਾਂ ਕਹਾਂਗੇ ਜੀ ਹਾਂਜੀ ਹੁਣ ਅਸੀਂ ਸਾਨੂੰ ਪੇਪਰ ਮਿਲ ਜਾਣਗੇ ਨਹੀਂ ਦੋਸਤੋ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਉੱਥੇ ਜਦੋਂ ਬੰਦਾ ਜਾਂਦਾ ਆ ਉੱਥੇ ਜਾ ਕੇ ਜੋ ਹਾਲਾਤ ਆ ਉਹ ਬਹੁਤ ਜ਼ਿਆਦਾ ਮਾੜੇ ਆ ਕਿਉਂਕਿ ਸਾਡੇ ਇੱਥੋਂ ਜੋ ਪੋਲੈਂਡ ਤੋਂ ਇਹ ਪੋਲੈਂਡ ਦੇ ਉਹ ਥਰੂ ਕੁੜੀਆਂ ਗਈਆਂ ਦੋ ਤੋਂ ਕੋਈ 4-5 ਦਿਨ ਪਹਿਲਾਂ ਗੱਲਬਾਤ ਹੋਈ ਸੀਗੀ ਅਤੇ ਉਹਨੇ ਮੈਨੂੰ ਦੱਸਿਆ ਕਿ ਜੋ ਇੱਥੇ ਦੇ ਹਾਲਾਤ ਆ ਬਹੁਤ ਜ਼ਿਆਦਾ ਮਾੜੇ ਆ ਕਿਉਂਕਿ ਮੈਨੂੰ ਖੁਦ ਵੀ ਪਤਾ ਆ ਕਿ ਜੋ ਉੱਥੇ ਦੇ ਹਾਲਾਤ ਆ ਬਹੁਤ ਜ਼ਿਆਦਾ ਮਾੜੇ ਆ ਕਿਉਂਕਿ ਇੱਥੋਂ ਏਜੰਟ ਆਪਾਂ ਨੂੰ ਭੇਜਤਾ ਉੱਥੇ ਉਹ ਦਿੰਦੇ ਆ ਹੁਣ ਉੱਥੇ ਜਾ ਕੇ ਜਦੋਂ ਆਪਾਂ ਪੇਪਰ ਪਹਿਲਾਂ ਅਪਲਾਈ ਕਰਦੇ ਹਾਂ ਤਾਂ ਉਹਦੇ ਵਿੱਚ ਆਪਣਾ 300 ਤੋਂ ਲੈ ਕੇ 400 ਯੂਰੋ ਉੱਥੇ ਜੋ ਸਾਡੇ ਏਜੰਟ ਭਰਾ ਬੈਠੇ ਆ ਜਾਂ ਬੰਦਾ ਬੈਠਾ ਤੁਹਾਡਾ ਕੋਈ ਜਾਣਕਾਰ ਉਹ ਤੁਹਾਡੇ ਕੋਲੋਂ 300-400 ਯੂਰੋ ਲੈ ਕੇ ਤਾਂ ਤੁਹਾਡੇ ਉੱਥੇ ਪੇਪਰ ਅਪਲਾਈ ਕਰ ਦਿੰਦਾ ਉਹ ਤਾਂ ਦੋਸਤੋ ਆਪਾਂ ਪਹਿਲੀ ਵਾਰ ਤਾਂ ਉੱਥੇ ਜਦੋਂ 300-400 ਯੂਰੋ ਦੇਣਾ ਹੁੰਦਾ ਹੈ ਆਪਾਂ ਕੋਲ ਵੀ ਲੈ ਕੇ ਗਏ ਹੁੰਦੇ ਹਾਂ ਜਾਂ ਆਪਾਂ ਉਹ ਘਰੋਂ ਵੀ ਮੰਗਾ ਲੈਂਦੇ ਹਾਂ ਤਾਂ ਆਪਾਂ ਉਹ 300-400 ਯੂਰੋ ਦੇ ਕੇ ਆਪਾਂ ਆਪਣੇ ਪੇਪਰ ਲਗਵਾ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਹਰੇਕ ਮਹੀਨੇ ਟੈਕਸ ਪੇ ਕਰਨਾ ਆ ਆਪਾਂ ਕੰਮ ਕਰਕੇ ਜਿਹੜਾ 150-200 ਯੂਰੋ ਆਪਾਂ ਟੈਕਸ ਪੇ ਕਰਨਾ ਆ ਤਾਂ ਜਦੋਂ ਆਪਾਂ ਨੂੰ ਉੱਥੇ ਕੰਮ ਨਹੀਂ ਮਿਲਦਾ ਹੁਣ ਉੱਥੇ ਕੰਮ ਦੀ ਸ਼ੋਰਟੇਜ ਇੰਨੀ ਆ ਕਿ ਲੋਕ ਜੇ ਮਹੀਨੇ ਦੇ ਵਿੱਚ ਉਹਨਾਂ ਨੂੰ ਕਿਸੇ ਦਾ 2 ਦਿਨ ਕਿਸੇ ਦਾ 4 ਦਿਨ ਕਿਸੇ ਦਾ 5 ਦਿਨ ਕੰਮ ਲੱਗਦਾ ਆ ਕਿਸੇ ਦਾ ਲਗਾਤਾਰ ਕੰਮ ਨਹੀਂ ਲੱਗਦਾ ਜੋ ਪਹਿਲਾਂ ਸੈਟਲ ਆ ਜੋ ਪਹਿਲਾਂ ਗਏ ਹੋਏ ਆ ਉਹ ਆਪਣੀ ਜਗ੍ਹਾ 'ਤੇ ਸੈਟਲ ਆ ਉਹਨਾਂ ਦੇ ਕੰਮ ਵੀ ਠੀਕ ਆ ਉਹਨਾਂ ਦੇ ਟੈਕਸ ਵੀ ਪੇ ਹੋ ਰਹੇ ਆ ਪਰ ਜਿਹੜੇ ਹੁਣ ਜਾ ਰਹੇ ਆ ਸਾਡੇ ਦੋਸਤ ਜਾਂ ਸਾਡੀਆਂ 2 ਭੈਣਾਂ ਉਹ ਗਈਆਂ ਆ ਤਾਂ ਉਹ ਸਾਨੂੰ ਦੱਸਦੀਆਂ ਕਿ ਇੱਥੇ ਇੰਨੇ ਹਾਲਾਤ ਮਾੜੇ ਆ ਅਸੀਂ 400 ਪਹਿਲਾਂ ਜਦੋਂ ਅਸੀਂ ਸਾਈਪ੍ਰਸ ਤੋਂ ਆਈਆਂ ਸੀ ਸਾਡਾ ਪੋਲੈਂਡ ਦਾ ਵੀਜ਼ਾ ਸੀ ਅਸੀਂ ਪੋਲੈਂਡ ਤੋਂ ਹੋ ਕੇ ਅਸੀਂ ਪੁਰਤਗਾਲ ਨੂੰ ਆ ਗਏ ਹਾਂ ਪੁਰਤਗਾਲ ਆ ਕੇ ਸਾਡੇ ਕੋਲ ਪੈਸੇ ਸੀਗੇ ਅਸੀਂ 300-400 ਯੂਰੋ ਦੇ ਕੇ ਅਸੀਂ ਉੱਥੇ ਪੇਪਰ ਤਾਂ ਅਪਲਾਈ ਕਰਤੇ ਆ ਪਰ ਹੁਣ ਸਾਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਜੇ ਅਸੀਂ ਕੋਈ ਜੋਬ ਔਨਲਾਈਨ ਅਸੀਂ ਉਹ ਕਿਤੇ ਅਪਲਾਈ ਉਹ ਕਰਦੇ ਹਾਂ ਤਾਂ ਉਹ ਸਾਨੂੰ ਕਹਿੰਦੇ ਜੀ ਵੇਟ ਕਰੋ ਅਤੇ ਜੇ ਅਸੀਂ ਉਹ ਕਿਤੇ ਜਾਂਦੇ ਹਾਂ ਤਾਂ 1-2 ਦਿਨ ਲਵਾ ਕੇ ਸਾਨੂੰ ਉਹ ਛੁੱਟੀ ਕਰਾਉਂਦੇ ਆ ਤਾਂ ਉਹ ਕਹਿੰਦੀ ਵੀ ਮਹੀਨੇ ਦੇ ਵਿੱਚ 5-10 ਦਿਨ ਮਸੀ ਲੱਗਦੇ ਉਹਦੇ ਵਿੱਚ ਸਾਡਾ ਰੂਮ ਦਾ ਕਿਰਾਇਆ ਸਾਡਾ ਖਾਣਾ ਪੀਣਾ ਸਾਡਾ ਉਹ ਵੀ ਬਹੁਤ ਔਖਾ ਚੱਲ ਰਿਹਾ ਆ ਇਸ ਟਾਈਮ ਦੇ ਵਿੱਚ ਤਾਂ ਜਿਹੜੇ ਸਾਡੇ ਦੋਸਤ ਗਏ ਹੋਏ ਆ ਉਹਨਾਂ ਦੇ ਵੀ ਹਾਲਾਤ ਇਹੀ ਆ ਉਹਨਾਂ ਨੂੰ ਕੰਮ ਨਹੀਂ ਮਿਲ ਰਹੇ ਉੱਥੇ ਰਹਿਣ ਦਾ ਕਿਰਾਇਆ ਪਾਣੀ ਦਾ ਕਿਰਾਇਆ ਬਿਜਲੀ ਦਾ ਕਿਰਾਇਆ ਅਤੇ ਉੱਥੇ ਜੋ ਖਾਣਾ ਪੀਣਾ ਆ ਉੱਥੇ ਉਹਦੇ ਲਈ ਵੀ ਤੁਹਾਨੂੰ ਪੈਸੇ ਚਾਹੀਦੇ ਆ ਉਸ ਤੋਂ ਬਾਅਦ ਜਿਹੜਾ ਤੁਸੀਂ ਟੈਕਸ ਪੇ ਕਰਨਾ ਗੌਰਮੈਂਟ ਨੂੰ 150-200 ਯੂਰੋ ਤਾਂ ਤੁਹਾਨੂੰ ਉਹ ਵੀ ਚਾਹੀਦਾ ਜੇ ਤਾਂ ਸਾਡੇ ਕੋਈ ਦੋਸਤ ਜਿਹੜੇ ਇੰਡੀਆ ਦੇ ਵਿੱਚ ਜਿਹਨਾਂ ਕੋਲ 4 ਪੈਸੇ ਹੈਗੇ ਆ ਜੇ ਤਾਂ ਉਹ ਜਿਹੜੇ ਸਾਡੇ ਵੀਰ ਗਏ ਹੋਏ ਆ ਉਹ ਤਾਂ ਚਲੋ ਘਰੋਂ ਮੰਗਾ ਕੇ ਟੈਕਸ ਪੇ ਕਰ ਦਿੰਦੇ ਆ ਜਾਂ ਕਿਸੇ ਹੋਰ ਕੰਟਰੀ 'ਚ ਮੂਵ ਹੋ ਜਾਂਦੇ ਆ ਪਰ ਉੱਥੋਂ ਹੋਰ ਕੰਟਰੀ 'ਚ ਮੂਵ ਹੋ ਕੇ ਵੀ ਤੁਸੀਂ ਉੱਥੇ ਜਾ ਕੇ ਸੈਟਲ ਕਰਨੀ ਉਹ ਵੀ ਬਹੁਤ ਔਖੀ ਆ ਜੇ ਤੁਸੀਂ ਹੋਰ ਕੰਟਰੀ 'ਚ ਮੂਵ ਹੋ ਜਾਂਦੇ ਆ
ਤਾਂ ਉੱਥੇ ਜਾ ਕੇ ਜਿਹੜਾ ਉਹ ਤੁਸੀਂ ਟੈਕਸ ਪੇ ਕਰਨਾ, ਜੇ ਉਹ ਤੁਸੀਂ ਕਿਸੇ ਹੋਰ ਬੰਦੇ ਨੂੰ ਆਪਣੇ ਜਾਣਕਾਰ ਨੂੰ ਉਹ ਟੈਕਸ ਦੇ ਪੈਸੇ ਤੁਸੀਂ ਭੇਜਦੇ ਹੋ, ਪਰ ਕਈ ਵੇਲੇ ਇੱਦਾਂ ਆ ਵੀ ਤੁਹਾਡੇ ਨਾਲ ਉਹ ਫਰੋਡ ਵੀ ਹੋ ਜਾਂਦਾ, ਬੰਦਾ ਉਹ ਟੈਕਸ ਪੇ ਨਹੀਂ ਕਰਦਾ ਤੁਹਾਡੇ ਕੋਲੋਂ ਪੈਸੇ ਲੈ ਲੈਂਦਾ ਆ। ਇੱਦਾਂ 2-3 ਚਾਂਸ ਆਏ ਆ ਸਾਡੀ ਨਿਗਾਹ ਦੇ ਵਿੱਚ ਕਿ ਬੰਦੇ ਨੇ ਪੈਸੇ ਪੇ ਕਰਤੇ ਆ ਆਪਣੇ ਉਸ ਜਾਣਕਾਰ ਨੂੰ, ਪੈਸੇ ਉਹਨੇ ਦੇ ਦਿੱਤੇ, ਪਰ ਉਹ ਜਿਹੜਾ ਜਾਣਕਾਰ ਸੀ ਉਹਨੇ ਟੈਕਸ ਉਹਦਾ ਪੇ ਨਹੀਂ ਕੀਤਾ, ਉਹ ਆਪ ਹੀ ਲੈ ਕੇ ਖਾਈ ਗਿਆ। ਤਾਂ ਦੋਸਤੋ ਇਸ ਕਰਕੇ ਆ ਵੀ ਜਿਹੜਾ ਆਪਾਂ ਪੁਰਤਗਾਲ ਜਾਂਦੇ ਹਾਂ, ਜੇ ਤਾਂ ਤੁਸੀਂ ਉੱਥੇ ਪਹਿਲਾਂ ਸੈਟਿੰਗ ਕਰੋ, ਕੋਈ ਕੰਮ ਦੀ ਸੈਟਿੰਗ ਕਰੋ, ਜੇ ਤੁਹਾਡਾ ਕੋਈ ਜਾਣਕਾਰ ਹੈਗਾ ਆ ਉਹਨੂੰ ਕਹਿ ਕੇ ਰੱਖੋ ਕਿ ਬ੍ਰਦਰ ਮੇਲੇ ਥੋੜ੍ਹਾ ਜਿਹਾ ਕੰਮ ਦੇਖੋ, ਕੰਮ ਜਿਹਦਾ ਤੁਹਾਨੂੰ ਲਗਾਤਾਰ ਮਹੀਨਾ, ਜੇ ਮਹੀਨਾ ਨਹੀਂ ਤਾਂ 20-25 ਦਿਨ ਤਾਂ ਤੁਹਾਡੇ ਲੱਗਣੇ ਹੀ ਉਹ ਚਾਹੀਦੇ। ਜੇ ਤੁਹਾਡੇ 20-25 ਦਿਨ ਲੱਗਦੇ ਆ ਤਾਂ ਫਿਰ ਤੁਸੀਂ ਆਪਣਾ ਮਹੀਨੇ ਦਾ ਟੈਕਸ ਪੇ ਕਰ ਸਕਦੇ ਹਾਂ। ਤਾਂ ਦੋਸਤੋ ਜੇ ਤੁਸੀਂ ਜਿਹੜਾ ਆਪਾਂ ਟੈਕਸ ਪੇ ਕਰਦੇ ਹਾਂ, ਜੇ ਲਗਾਤਾਰ ਆਪਾਂ 1.5-2 ਸਾਲ, ਹੁਣ ਤਾਂ ਵੱਧ ਵੀ ਟਾਈਮ ਲੱਗਦਾ ਆ, ਅਤੇ ਜੇ ਆਪਾਂ ਲਗਾਤਾਰ ਉਹਦਾ ਟੈਕਸ ਪੇ ਕਰਾਂਗੇ ਤਾਂ ਫਿਰ ਆਪਣੇ ਜਾ ਕੇ ਪੇਪਰ ਬਣਨੇ ਆ। ਜੇ ਤੁਹਾਡੇ ਕੋਲ 1-2 ਕਿਸ਼ਤਾਂ ਵੀ ਟੁੱਟ ਗਈਆਂ ਤਾਂ ਜਦੋਂ ਤੁਸੀਂ ਉਹ ਦੁਬਾਰੋਂ ਸ਼ੁਰੂ ਕਰਨੀ ਆ ਤਾਂ ਉਹ ਪਹਿਲੀ ਤੋਂ ਹੀ ਉਗਣੀ ਜਾਣੀ ਆ। ਇਸ ਕਰਕੇ ਲਗਾਤਾਰ ਜਿਹੜੀਆਂ ਕਿਸ਼ਤਾਂ ਤੁਹਾਡੀਆਂ ਜਾਣਗੀਆਂ, ਉਸ ਤੋਂ ਬਾਅਦ ਜਾ ਕੇ ਤੁਹਾਨੂੰ ਪੇਪਰ ਮਿਲਣਗੇ, ਫਿਰ ਜਾ ਕੇ ਤੁਹਾਨੂੰ ਕਿਤੇ PR ਮਿਲਦੀ ਆ। ਤਾਂ ਦੋਸਤੋ ਹੁਣ ਦੇ ਹਾਲਾਤ ਇੰਨੇ ਜਾਣੀ ਕਿ ਉੱਥੇ ਮਾੜੇ ਹੋ ਗਏ ਆ। ਜੇ ਸਾਡੇ ਕਿਸੇ ਵੀਰ ਨੇ ਜਾਣਾ ਆ ਜਾਂ ਕੋਈ ਜਾਣ ਬਾਰੇ ਸੋਚ ਰਿਹਾ, ਉਹ ਥੋੜ੍ਹਾ ਜਿਹਾ ਸੋਚ ਕੇ ਦੇਖ ਕੇ ਜਾਵੇ, ਜਾਂ ਉੱਥੇ ਪਹਿਲਾਂ ਕੰਮ ਦੀ ਸੈਟਿੰਗ ਕਰਕੇ ਜਾਵੇ, ਰਹਿਣ ਸਹਿਣ ਦੀ ਸਭ ਕੁਛ ਕਰਕੇ ਜਾਵੇ, ਉਸ ਤੋਂ ਬਾਅਦ ਹੀ ਅਪਲਾਈ ਕਰੋ। ਪਰ ਪੁਰਤਗਾਲ ਆ ਕੇ ਉੱਥੇ ਸੈਟਿੰਗ ਕਰਨੀ, ਉੱਥੇ ਰਹਿਣਾ ਸਹਿਣਾ, ਆਪਣਾ ਟੈਕਸ ਪੇ ਕਰਨਾ, ਉਹ ਜਿਹੜਾ ਬੰਦਾ ਉੱਥੇ ਗਿਆ ਹੁੰਦਾ ਉਹਨੂੰ ਪਤਾ ਲੱਗਦਾ ਵੀ ਇੱਥੇ ਦੇ ਕੀ ਹਾਲਾਤ ਆ। ਤਾਂ ਦੋਸਤੋ ਹੁਣ ਦੇ ਟਾਈਮ ਵਿੱਚ ਜੋ ਪੁਰਤਗਾਲ ਦੇ ਹਾਲਾਤ ਆ ਉਹ ਥੋੜ੍ਹੇ ਜਿਹੇ ਹੁਣ ਦੇ ਟਾਈਮ ਵਿੱਚ ਕੰਮ ਦੇ ਤੌਰ 'ਤੇ ਮਾੜੇ ਹੋ ਗਏ ਆ, ਕਿਉਂਕਿ ਕੰਮ ਨਹੀਂ ਮਿਲ ਰਿਹਾ। ਸਾਡੇ ਦੋਸਤ ਵਿਹਲੇ ਬੈਠ ਕੇ ਕਿਸੇ ਹੋਰ ਕੰਟਰੀਆਂ ਦੇ ਵਿੱਚ ਮੂਵ ਹੋ ਰਹੇ ਆ। ਸਾਡੀਆਂ ਭੈਣਾਂ ਆ ਜਿਹੜੀਆਂ ਉਹ ਗਈਆਂ ਆ, ਉਹ ਹੁਣ ਪੋਲੈਂਡ ਨੂੰ ਵਾਪਸ ਆਈਆਂ ਆ। ਪੋਲੈਂਡ ਆ ਕੇ ਉਹਨੇ ਆਪਣਾ ਵਰਕ ਪਰਮਿਟ ਦੁਬਾਰੋਂ ਲਗਵਾਇਆ ਅਤੇ ਉਹ ਹੁਣ ਪੋਲੈਂਡ ਦੇ ਵਿੱਚ ਜੋਬ ਕਰ ਰਹੀਆਂ। ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨੀ ਕੁ ਜਾਣਕਾਰੀ ਦੇਣੀ ਸੀ।